ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮੋਹਿੰਦਰ ਕੌਰ, MD ਫਲਾਈ ਅਬਰੋਡ ਅੰਮ੍ਰਿਤਸਰ ਤੋਂ ਲਾਈਵ ਹੋਈ ਹਾਂ। ਮੇਰੇ ਦੋ ਸਟੂਡੈਂਟ ਸੀਗੇ ਲਾਟਰੋਪ ਯੂਨੀਵਰਸਿਟੀ ਵਿੱਚ, ਅਸੀਂ ਭੇਜੇ ਸੀਗੇ ਮੈਲਬਰਨ ਆਸਟ੍ਰੇਲੀਆ ਦੇ ਵਿੱਚ ਸਟੱਡੀ ਕਰਨ ਵਾਸਤੇ 2016 ਦੇ ਵਿੱਚ। ਅੱਜ ਉਹਨਾਂ ਦਾ USA ਦਾ ਮਲਟੀਪਲ ਵੀਜ਼ਾ ਆਇਆ ਫਲਾਈ ਅਬਰੋਡ ਟੀਮ ਵੱਲੋਂ, ਅਤੇ ਇਸ ਕਰਕੇ ਲਾਈਵ ਹੋਈ ਹਾਂ ਦੱਸਣ ਵਾਸਤੇ ਮੈਂ ਕਿ ਜਿਹੜੇ ਵੀ ਸਟੂਡੈਂਟ ਜਿਹੜੇ ਆਸਟ੍ਰੇਲੀਆ ਪੜ੍ਹਦੇ ਪਏ ਨੇ, ਉਹ ਭਾਵੇਂ ਮੇਰੇ ਸਟੂਡੈਂਟਸ ਨੇ, ਭਾਵੇਂ ਉਹ ਕਿਸੇ ਹੋਰ ਕੰਸਲਟੈਂਟ ਕੋਲੋਂ ਗਏ ਨੇ, ਆਸਟ੍ਰੇਲੀਆ ਵਿੱਚ ਮੌਜੂਦ ਨੇ ਜਿਹੜੇ, ਜਾਂ ਨਿਊਜ਼ੀਲੈਂਡ ਵਿੱਚ ਜਾਂ ਕੈਨੇਡਾ ਦੇ ਵਿੱਚ, ਉਹ ਬੱਚਿਆਂ ਵਾਸਤੇ ਅੱਜ ਮੈਂ ਲਾਈਵ ਹੋਈ ਹਾਂ ਦੱਸਣ ਲਈ ਕਿ ਤੁਸੀਂ ਜਿਹੜਾ ਵਾ USA ਦਾ ਮਲਟੀਪਲ ਵੀਜ਼ਾ ਜਿਹੜਾ ਵਾ ਡੂਰਿੰਗ ਸਟੱਡੀ ਪੀਰੀਅਡ ਤੁਸੀਂ ਆਪਣਾ ਲਗਵਾ ਸਕਦੇ ਹੋ, ਅਤੇ 100% ਗਰੰਟਿਡ ਜਿਹੜਾ ਵਾ ਤੁਹਾਨੂੰ ਅਸੀਂ ਵੀਜ਼ਾ ਕਰਵਾ ਕੇ ਦੇਵਾਂਗੇ। ਤੁਹਾਡਾ ਔਨਸ਼ੋਰ ਤੁਹਾਡੀ ਉੱਥੇ ਜਿਹੜੀ ਹੈ, ਤੁਹਾਡੀ ਫਾਈਲ ਸਬਮਿਟ ਹੋਏਗੀ, ਔਨਸ਼ੋਰ ਤੁਹਾਡੀ ਉੱਥੇ ਜਿਹੜੀ ਇੰਟਰਵਿਊ ਹੋਏਗੀ, ਤੁਹਾਨੂੰ ਇੰਡੀਆ ਨਹੀਂ ਆਉਣਾ ਪਏਗਾ, ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕੈਨੇਡਾ ਤੋਂ ਜਿਹੜਾ ਵਾ ਆਪਣਾ ਅਪਲਾਈ ਕਰ ਸਕਦੇ ਹੋ। ਬਟ ਜਿਹੜੀ ਫਾਈਲਿੰਗ ਹੋਏਗੀ ਉਹ ਸਾਡੇ ਵੱਲੋਂ ਹੋਏਗੀ, ਅਸੀਂ ਫਾਈਲਿੰਗ ਕਰਾਂਗੇ, ਤੁਹਾਨੂੰ ਇੰਟਰਵਿਊ ਮਟੀਰੀਅਲ ਹੈ ਜਿਹੜਾ ਪ੍ਰੋਵਾਈਡ ਕਰਾਂਗੇ, ਸਾਰੀ ਫਾਈਲਿੰਗ ਪਾਰਟ ਜਿਹੜਾ ਸਾਡੇ ਇੰਡੀਆ ਤੋਂ ਹੀ ਹੋਏਗਾ, ਅਤੇ ਜਿਸ ਦੇ ਨਾਲ ਕਿ ਤੁਹਾਡਾ ਵੀਜ਼ਾ ਜਿਹੜਾ ਵਾ ਆਏਗਾ। ਜਿਹੜੇ ਵੀ ਸਟੂਡੈਂਟਸ ਇਸ ਵੀਡੀਓ ਨੂੰ ਦੇਖ ਰਹੇ ਨੇ, ਇਸ ਨੂੰ ਜ਼ਰੂਰ ਸ਼ੇਅਰ ਕਰਨਾ ਉਹਨਾਂ ਸਟੂਡੈਂਟਸ ਵਾਸਤੇ ਜਿਹੜੇ US ਮਲਟੀਪਲ ਵਾਸਤੇ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ, ਜਾਂ ਕੈਨੇਡਾ ਵਾਸਤੇ ਜਿਹੜਾ ਆਪਣਾ 10 ਈਅਰਸ ਦਾ ਮਲਟੀਪਲ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ, ਉਹ ਸਟੂਡੈਂਟਸ ਜ਼ਰੂਰ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ, ਅਤੇ ਆਪਣੇ ਫਰੈਂਡਸ, ਆਪਣੇ ਰਿਲੇਟਿਵਸ, ਆਪਣੇ ਜਿੰਨੇ ਵੀ ਜਾਣਨ ਵਾਲੇ ਲੋਕ ਨੇ ਉਹਨਾਂ ਨੂੰ ਇਹਦੇ ਬਾਰੇ ਜ਼ਰੂਰ ਦੱਸਣਾ ਕਿ ਤੁਸੀਂ ਭਾਵੇਂ ਕਿਸੇ ਵੀ ਕੰਟਰੀ ਦੇ ਵਿੱਚ ਸਟੱਡੀ ਕਰਦੇ ਪਏ ਹੋ, ਤੁਸੀਂ US ਦਾ ਜਾਂ ਕੈਨੇਡਾ ਦਾ ਮਲਟੀਪਲ ਵੀਜ਼ਾ ਲੈਣਾ ਚਾਹੁੰਦੇ ਹੋ, ਅਤੇ ਤੁਸੀਂ ਇੱਕ ਵਾਰੀ ਫਲਾਈ ਅਬਰੋਡ ਟੀਮ ਨੂੰ ਜ਼ਰੂਰ ਤੁਸੀਂ ਕਾਲ ਕਰਕੇ ਜਿਹੜਾ ਵਾ ਆਪਣੀ ਫਾਈਲ ਦੀ ਡਿਸਕਸ਼ਨ ਕਰ ਸਕਦੇ ਹੋ। ਤੁਹਾਨੂੰ ਅਸੀਂ ਇੰਡੀਆ ਵਿੱਚ ਬੈਠਿਆ ਹੋਇਆ ਹੈ, ਤੁਹਾਡੀ ਸਪੋਰਟ ਕਰਾਂਗੇ, ਇੰਡੀਆ ਤੋਂ ਹੀ ਜਿਹੜਾ ਵਾ ਤੁਹਾਡਾ ਸਾਰਾ ਕੰਮ ਕਰਵਾਇਆ ਜਾਊਗਾ, ਅਤੇ ਬਾਕੀ ਫਾਈਲ ਸਬਮਿਟ ਤੁਹਾਡੀ ਉੱਥੇ ਹੀ ਹੋਏਗੀ, ਇੰਟਰਵਿਊ ਤੁਹਾਡੀ ਉੱਥੇ ਹੀ ਹੋਏਗੀ, ਬਟ ਉਹਦੇ ਵਾਸਤੇ ਤੁਹਾਨੂੰ ਗਾਈਡੈਂਸ ਜਿਹੜੀ ਹੈਗੀ ਹੈ ਉਹ ਪ੍ਰੋਪਰ ਤੁਹਾਨੂੰ ਇੰਡੀਆ ਤੋਂ ਹੀ ਮਿਲੇਗੀ। ਇਸ ਕਰਕੇ ਮੈਂ ਲਾਈਵ ਹੋਈ ਸੀ ਤੁਹਾਨੂੰ ਦੱਸਣ ਵਾਸਤੇ, ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਮੇਰੇ ਦੋ ਸਟੂਡੈਂਟ ਸੀਗੇ, ਇੱਕ ਪਠਾਨਕੋਟ ਤੋਂ ਸੀਗਾ ਵਿਵੇਕ ਕੁਮਾਰ, ਜਿਹਦੀ ਮੈਂ ਫੋਟੋ ਅਟੈਚ ਕੀਤੀ ਹੈਗੀ ਆ, ਹੁਣੇ ਪੋਸਟ ਪਾਈ ਸੀ ਮੈਂ, ਅਤੇ ਇੱਕ ਜਿਹੜਾ ਵਾ ਉਹ ਜੰਡਿਆਲਾ ਗੁਰੂ ਤੋਂ, ਅੰਮ੍ਰਿਤਸਰ ਜ਼ਿਲ੍ਹੇ ਤੋਂ ਰਹਿਣ ਵਾਲਾ ਲੜਕਾ ਸੀਗਾ ਨਵਰੂਪ, ਉਸਦੀ ਵੀ ਜਿਹੜੀ ਹੈਗੀ ਅਸੀਂ ਤੁਹਾਨੂੰ ਜਿਹੜੀ ਪੋਸਟ ਪਾਈ ਹੈ ਹੁਣੇ 5 ਮਿੰਟ ਪਹਿਲਾਂ, ਅਤੇ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਸਟੂਡੈਂਟਸ ਕਾਮਯਾਬ ਹੁੰਦੇ ਨੇ, ਜਦੋਂ ਅਸੀਂ ਉਹਨਾਂ ਦੀ ਫਾਈਲ ਪ੍ਰੀਪੇਅਰ ਕਰਦੇ ਹਾਂ, ਅਤੇ ਜਦੋਂ ਉਹਨਾਂ ਦੀ ਦਿਲ ਦੀ ਖੁਆਇਸ਼ਾਂ ਜਿਹੜੀਆਂ ਪੂਰੀਆਂ ਹੁੰਦੀਆਂ ਨੇ। ਅਤੇ ਇੰਡੀਆ ਤੋਂ ਵੀ ਜਿਹੜੇ ਸਟੂਡੈਂਟਸ ਨੇ ਇੰਡੀਆ ਦੇ ਵਿੱਚ ਬੈਠੇ ਹੋਏ ਨੇ, ਭਾਵੇਂ ਸਟੂਡੈਂਟਸ ਨੇ, ਭਾਵੇਂ ਉਹ 30+ ਏਜ ਦੇ ਨੇ, ਭਾਵੇਂ 40+ ਏਜ ਦੇ ਲੋਕ ਨੇ, ਕਿਸੇ ਵੀ ਏਜ ਦੇ ਵਿੱਚ ਹੋਣ, ਆਪਣਾ USA ਦਾ ਮਲਟੀਪਲ ਵੀਜ਼ਾ ਸਾਡੇ ਕੋਲ ਜ਼ਰੂਰ ਟਰਾਈ ਕਰਿਓ, ਅਤੇ ਤੁਹਾਨੂੰ ਅਸੀਂ ਸਕਸੈਸ ਦੇਵਾਂਗੇ, ਜਿਵੇਂ ਕਿ ਅਸੀਂ ਸਟੂਡੈਂਟ ਵੀਜ਼ਾ ਦੇ ਵਿੱਚ ਵੀ ਸਕਸੈਸ ਜਿਹੜੀ ਆ ਉਹ ਲੈਂਦੇ ਆ ਰਹੇ ਹਾਂ ਕਾਫੀ ਸਾਰੇ ਸਾਲਾਂ ਤੋਂ, ਇਸੇ ਤਰ੍ਹਾਂ ਅਸੀਂ USA ਮਲਟੀਪਲ ਦੇ ਵਿੱਚ ਵੀ ਹੁਣ ਐਕਸਪਰਟ ਹੋ ਰਹੇ ਹਾਂ। ਪਹਿਲਾਂ ਅਸੀਂ ਨਹੀਂ ਸੀ ਡੀਲ ਕਰਦੇ, ਅਤੇ ਹੁਣੇ ਅਸੀਂ ਸਟਾਰਟ ਕੀਤਾ, ਅਤੇ ਸਾਡੇ 3 ਵੀਜ਼ਾਸ ਆਏ ਨੇ USA ਦੇ ਮਲਟੀਪਲ ਦੇ, ਇਸੇ ਮੰਥ ਦੇ ਵਿੱਚ 3 ਸਟੂਡੈਂਟਸ ਦੇ ਵੀਜ਼ਾ ਆਏ ਨੇ, 3 ਜਿਹੜੇ ਸੀਗੇ ਆਸਟ੍ਰੇਲੀਆ ਤੋਂ ਸੀਗੇ, ਬਟ ਇੰਡੀਆ ਤੋਂ ਵੀ ਜਿਹੜਾ ਉਹ ਸਾਡੀ ਫਾਈਲਾਂ ਲੱਗੀਆਂ ਨੇ, ਅਤੇ ਹੁਣ ਹੋਪਸ ਔਰ ਰਿਜ਼ਲਟਸ ਜਿਹੜੇ ਨੇ ਵਧੀਆ ਆਉਣ, ਅਤੇ ਹੋਰ ਵੀ ਇੰਡੀਆ ਦੇ ਵਿੱਚ ਜਿਹੜੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਵੀ ਸਾਡੇ ਕੋਲ ਅਪਲਾਈ ਕਰ ਸਕਦੇ ਹੋ ਤੁਸੀਂ, ਅਤੇ ਕੋਈ ਵੀ ਚੀਜ਼ ਜਿਹੜੀ ਇੱਥੇ ਫੇਕ ਨਹੀਂ ਪਾਈ ਜਾਂਦੀ ਹੈ, ਮੇਰੀ ਫੇਸਬੁੱਕ ਅਕਾਊਂਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ, ਮੇਰੀ ਕੰਪਨੀ ਪ੍ਰੋਫਾਈਲ 'ਤੇ ਜਾ ਕੇ ਜੈਨੂਇਨ ਹੁੰਦੇ, ਅਸੀਂ ਸਾਰਾ ਕੁਝ ਅਸੀਂ ਬਿਲਕੁਲ ਜੈਨੂਇਨਲੀ ਲੋਕਾਂ ਨੂੰ ਦੱਸਦੇ ਹਾਂ, ਔਰ ਬਹੁਤ ਜ਼ਿਆਦਾ ਫੈਨ ਫੋਲੋਇੰਗ ਹੈ, ਬਹੁਤ ਜ਼ਿਆਦਾ ਫੋਲੋਵਰਸ ਨੇ ਜਿਹੜੇ ਫੋਲੋ ਕਰਦੇ ਨੇ ਮੇਰੇ ਪੇਜ ਨੂੰ ਔਰ ਮੇਰੇ ਅਕਾਊਂਟ ਨੂੰ। ਮੈਂ ਬਹੁਤ ਸਾਰੇ ਲੋਕਾਂ ਦਾ ਵੀ ਥੈਂਕਸ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਮੇਰੇ ਬਾਰੇ ਰੈਕਮੈਂਡ ਕਰਦੇ ਨੇ ਅੱਗੇ ਦੀ ਅੱਗੇ, ਬਹੁਤ ਸਾਰੇ ਸਟੇਟਾਂ ਤੋਂ ਜਿਹੜੇ ਨੇ ਮੇਰੇ ਕੋਲ ਫਾਈਲਾਂ ਲੱਗਦੀਆਂ ਨੇ, ਅਤੇ ਥੈਂਕਸ ਤੁਹਾਡਾ ਸਾਰਿਆਂ ਦਾ ਔਲਵੇਜ਼ ਮੇਰੀ ਸਪੋਰਟ ਕਰਨ ਲਈ। ਅਤੇ ਹੁਣ ਮੈਂ ਸਟੂਡੈਂਟ ਵੀਜ਼ਾ ਦੇ ਵਿੱਚ ਵੀ, ਤੁਹਾਨੂੰ ਜਿਵੇਂ ਕਿ ਪਤਾ ਹੈ ਕਿ ਅਸੀਂ 4 ਸਾਲ ਦੇ ਗੈਪ ਦੇ ਵਿੱਚ ਵੀ ਇਸੇ ਵੀਕ ਵਿੱਚ ਇੱਕ ਵੀਜ਼ਾ ਲਿਆ ਵਾ, ਮਾਨਸਾ ਤੋਂ ਸੀਗੀ ਲੜਕੀ, 2014 ਵਿੱਚੋਂ ਪਾਸ ਆਊਟ ਸੀਗੀ, ਕੈਨੇਡਾ ਦਾ ਸਟੂਡੈਂਟ ਵੀਜ਼ਾ ਉਸਦਾ ਕਰਵਾ ਕੇ ਦਿੱਤਾ ਸੀਗਾ ਲੋਇਲਿਸਟ ਕਾਲਜ ਓਨਟਾਰੀਓ ਵਿੱਚ। ਅਤੇ ਤੁਹਾਨੂੰ ਮੈਂ ਨਾਲ ਹੀ ਦੱਸ ਦਾਂ ਕਿ ਹੁਣ ਵੀ ਜਿਹੜੇ ਵੀ ਸਟੂਡੈਂਟਸ ਨੇ ਇਸ ਵੀਡੀਓ ਨੂੰ ਦੇਖ ਰਹੇ ਨੇ ਜਾਂ ਅੱਗੇ ਸ਼ੇਅਰ ਕਰਨਗੇ, ਉਹ ਸਟੂਡੈਂਟਸ ਧਿਆਨ ਨਾਲ, ਗੌਰ ਨਾਲ ਇਸ ਗੱਲ ਨੂੰ ਸੁਣਨਾ, ਜੇ ਤੁਸੀਂ 2014 ਪਾਸ ਆਊਟ ਹੈਗੇ ਹੋ ਅਤੇ ਤੁਸੀਂ ਹਲੇ ਵੀ ਐਲੀਜੀਬਲ ਹੈਗੇ ਹੋ ਕੈਨੇਡਾ ਦੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨ ਲਈ, ਤੁਹਾਡਾ ਜਿਹੜਾ 4 ਸਾਲ ਦਾ ਗੈਪ ਹੈਗਾ ਵਾ, ਅਸੀਂ ਉਸਦੇ ਉੱਪਰ ਤੁਹਾਡਾ ਵੀਜ਼ਾ 100% ਕਰਵਾ ਕੇ ਦੇਵਾਂਗੇ। ਮੈਂ ਆਲਵੇਜ਼ ਜੋ ਚੀਜ਼ ਕਹਿੰਦੀ ਹਾਂ ਮੈਂ ਕਰਕੇ ਦਿਖਾਉਂਦੀ ਹਾਂ, ਆਲਵੇਜ਼ ਮੈਂ ਤੁਹਾਨੂੰ ਜੋ ਕਮਿਟਮੈਂਟ ਕੀਤੀ ਆ ਕਿ ਤੁਹਾਡਾ ਵੀਜ਼ਾ ਆਏਗਾ, ਮੀਨਸ ਆਏਗਾ। ਤੁਸੀਂ 2014 ਵਿੱਚ ਭਾਵੇਂ ਪਾਸ ਆਊਟ ਹੈਗੇ ਹੋ, ਤੁਸੀਂ ਕੈਨੇਡਾ ਲਈ ਐਲੀਜੀਬਲ ਹੈਗੇ ਹੋ, ਬਟ ਮੈਨੂੰ ਤੁਹਾਡੇ ਬੈਂਸ ਜਿਹੜੇ ਨੇ ਉਹ ਮੈਨੂੰ 6 ਚਾਹੀਦੇ ਨੇ, 6 ਓਵਰਆਲ, ਅਤੇ ਦੋਵਾਂ ਮੋਡਿਊਲਸ ਦੇ ਵਿੱਚ ਤੁਹਾਡੇ ਭਾਵੇਂ 5.5 ਬੈਂਸ ਹੋਣ ਕੋਈ ਮੈਟਰ ਨਹੀਂ ਕਰਦਾ, ਬਟ ਜਿਵੇਂ ਕਿ ਬਹੁਤ ਸਾਰੇ ਕੰਸਲਟੈਂਟਸ ਕੇਸਿਸ ਨਹੀਂ ਲਗਾ ਰਹੇ ਨੇ, ਉਹ ਕਹਿ ਰਹੇ ਨੇ ਕਿ 6 ਈਚ ਚਾਹੀਦੇ ਆ, ਬਟ ਮੈਂ ਤੁਹਾਨੂੰ ਇੱਥੇ ਲਾਈਵ ਹੋ ਕੇ ਇਹੀ ਗੱਲ ਕਹਿਣਾ ਚਾਹੂੰਗੀ ਜਿਹੜੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਹੋਣਗੇ,
ਕਿ ਤੁਸੀਂ 5.5 ਈਚ ਦੇ ਉੱਪਰ ਵੀ ਜਿਹੜਾ ਵਾ ਆਪਣਾ ਵੀਜ਼ਾ ਲੈ ਸਕਦੇ ਹੋ ਕੈਨੇਡਾ ਦਾ। ਕੈਨੇਡਾ ਨੇ ਵੀਜ਼ਾਸ ਦੇਣੇ ਨੇ, ਬਹੁਤ ਸਾਰੇ ਵੀਜ਼ਾਸ ਦੇਣੇ, ਕੋਈ ਸਟ੍ਰਿਕਨੈਸ ਨਹੀਂ ਹੋਈ ਆ, ਕੁਛ ਨਹੀਂ। ਤੁਸੀਂ ਹਲੇ ਵੀ ਜਿਹੜੀ ਆ ਆਪਣੀ 6 ਬੈਂਡ ਓਵਰਆਲ ਨੋਟ ਲੈਸ ਦੈਨ 5.5 ਈਚ 'ਤੇ ਵੀ ਆਪਣੀ ਫਾਈਲ ਲਗਾ ਸਕਦੇ ਹੋ। ਜ਼ਰੂਰੀ ਨਹੀਂ ਹੈਗਾ ਕਿ ਤੁਸੀਂ 4 ਮੋਡਿਊਲਸ ਦੇ ਵਿੱਚ ਤੁਹਾਨੂੰ 6 ਬੈਂਡ ਈਚ ਚਾਹੀਦੇ ਨੇ, ਤੁਹਾਡੇ ਵੀਜ਼ਾ ਜ਼ਰੂਰ ਆਉਣਗੇ। ਜਿਵੇਂ ਕਿ ਪਹਿਲਾਂ ਸੀਗਾ ਆਪਣਾ SSP ਕਾਲਜ ਦੇ ਵਿੱਚ ਜਿਹੜਾ ਵਾ SPP ਕਾਲਜ ਦੇ ਵਿੱਚ ਤੁਹਾਡੇ ਸੀਗੇ 6 ਬੈਂਡ ਓਵਰਆਲ ਚਾਹੀਦੇ ਹੁੰਦੇ ਸੀਗੇ ਸਾਨੂੰ, ਅਤੇ ਨੋਨ SPP ਕਾਲਜ ਦੇ ਵਿੱਚ ਵੀ ਜਿਹੜਾ ਵਾ ਤੁਸੀਂ ਜਦੋਂ ਅਪਲਾਈ ਕਰਦੇ ਸੀਗੇ ਉਦੋਂ ਵੀ ਤੁਹਾਡੇ ਵੀਜ਼ਾਸ ਆਉਂਦੇ ਸੀਗੇ। ਉਸੇ ਤਰ੍ਹਾਂ ਭਾਵੇਂ SDS ਹੈ, ਭਾਵੇਂ ਤੁਹਾਡਾ ਨੋਨ SDS ਹੈਗਾ ਵਾ, ਤੁਹਾਡੇ ਵੀਜ਼ਾਸ ਨੋਨ SDS ਦੇ ਵਿੱਚ ਵੀ ਆਉਣਗੇ, SDS ਦੇ ਵਿੱਚ ਵੀ ਆਉਣਗੇ। ਹਾਂ, ਆਪਾਂ ਇਹ ਕਹਿ ਸਕਦੇ ਹਾਂ ਕਿ ਐਲਬਰਟਾ ਪ੍ਰੋਵਿੰਸ ਦੇ ਵਿੱਚ ਤੁਹਾਡੇ ਜਿਹੜੇ ਵੀਜ਼ਾ ਚਾਂਸਿਸ ਜ਼ਿਆਦਾ ਨੇ, ਮੈਨੀਟੋਬਾ ਦੇ ਵਿੱਚ ਤੁਹਾਡੇ ਵੀਜ਼ਾ ਚਾਂਸਿਸ ਜ਼ਿਆਦਾ ਨੇ, ਐਂਡ ਤੁਹਾਡੇ ਕਿਊਬੈਕ ਸਿਟੀ ਦੇ ਵਿੱਚ, ਲਾਈਕ ਤੁਹਾਡੇ ਕਿਊਬੈਕ ਪ੍ਰੋਵਿੰਸ ਦੇ ਵਿੱਚ ਵੀ ਤੁਹਾਡੇ ਵੀਜ਼ਾ ਚਾਂਸਿਸ ਜ਼ਿਆਦਾ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਨੇ ਉਹ ਕਿਊਬੈਕ ਦੇ ਵਿੱਚ ਜਿਹੜੇ ਕਨਵਰਟ ਹੋ ਗਏ ਨੇ, ਬਹੁਤ ਸਾਰੇ ਐਪਲੀਕੇਸ਼ਨ ਜਿਹੜੀਆਂ ਨੇ ਕਿਊਬੈਕ ਮੋਂਟਰੀਅਲ ਦੇ ਵਿੱਚ ਲੱਗ ਰਹੀਆਂ ਨੇ, ਔਰ ਬਹੁਤ ਜ਼ਿਆਦਾ ਰਸ਼ ਹੋ ਚੁੱਕਿਆ ਵਾ। ਅਤੇ ਜਲਦੀ ਤੋਂ ਜਲਦੀ ਜਿਹੜੇ ਵੀ ਸਟੂਡੈਂਟਸ ਆਪਣਾ ਵੀਜ਼ਾ ਲੈਣਾ ਚਾਹੁੰਦੇ ਨੇ, ਗਾਰੰਟਿਡ ਵੀਜ਼ਾ ਲੈਣਾ ਚਾਹੁੰਦੇ ਨੇ, ਉਹ ਕਿਊਬੈਕ ਦੇ ਵਿੱਚ ਹੀ ਆਪਣਾ ਅਪਲਾਈ ਕਰੋ, ਅਤੇ ਵੀਜ਼ਾ ਚਾਂਸਿਸ ਤੁਹਾਡੇ ਬਹੁਤ ਜ਼ਿਆਦਾ ਹਾਈ ਨੇ ਕਿਊਬੈਕ ਪ੍ਰੋਵਿੰਸ ਦੇ ਵਿੱਚ। ਔਰ 5.5 ਈਚ ਹਲੇ ਵੀ ਕੁਝ ਕਾਲਜਿਸ ਲੈ ਰਹੇ ਨੇ, ਬਟ ਬਹੁਤ ਸਾਰੇ ਕਾਲਜਿਸ ਨੇ ਜਿਹੜੇ ਨੇ ਉਹਨਾਂ ਦੀ ਰਿਕੁਆਇਰਮੈਂਟਸ ਚੇਂਜ ਹੋ ਚੁੱਕੀਆਂ ਨੇ, ਲਾਈਕ ਉਹਨਾਂ ਨੇ 6 ਬੈਂਡ ਈਚ ਜਿਹੜੇ ਨੇ ਉਹਨਾਂ ਨੇ ਕਰ ਦਿੱਤੇ ਨੇ, ਬਟ ਅਜੇ ਫਿਲਹਾਲ ਕੁਝ ਕਾਲਜਿਸ ਇਸ ਤਰ੍ਹਾਂ ਦੇ ਵੀ ਹੈਗੇ ਨੇ 5.5 ਈਚ 'ਤੇ ਸਾਨੂੰ ਆਫਰ ਲੈਟਰਸ ਦੇ ਰਹੇ ਨੇ, ਅਤੇ ਵੀਜ਼ਾਸ ਵੀ ਉਹਨਾਂ ਦੇ ਉੱਤੇ ਜ਼ਰੂਰ ਆਉਣਗੇ। ਅਤੇ ਜੇ ਤੁਸੀਂ ਯੂਨੀਵਰਸਿਟੀ ਵਿੱਚ ਅਪਲਾਈ ਕਰਦੇ ਹੋ ਤਾਂ ਤੁਹਾਡਾ ਸਕਸੈਸ ਰੇਸ਼ੀਓ ਬਹੁਤ ਜ਼ਿਆਦਾ ਹਾਈ ਹੁੰਦਾ। ਜੇ ਤੁਸੀਂ ਡਿਗਰੀ ਕਰਨ ਜਾਂਦੇ ਹੋ, ਬਹੁਤ ਜ਼ਿਆਦਾ ਸਕਸੈਸ ਰੇਟ ਹੈ ਜਿਹੜਾ ਵਾ ਉਹ ਤੁਹਾਡਾ ਜ਼ਿਆਦਾ ਚਾਂਸਿਸ ਹੁੰਦੇ ਨੇ, ਉਹਦੇ ਵਿੱਚ ਤੁਹਾਡੇ ਵੀਜ਼ਾ ਚਾਂਸਿਸ ਜ਼ਿਆਦਾ ਹੁੰਦੇ ਨੇ। ਬਟ ਅਸੀਂ ਫਿਲਹਾਲ 5.5 ਈਚ ਦੇ ਉੱਤੇ ਵੀ ਵੀਜ਼ਾਸ ਲੈ ਰਹੇ ਹਾਂ ਸੈਪਟੈਂਬਰ ਇਨਟੇਕ ਵਾਸਤੇ, ਅਤੇ ਜੈਨ ਇਨਟੇਕ ਵਾਸਤੇ ਵੀ ਜਿਵੇਂ ਕਿ ਅਜੇ ਕੁਛ ਪ੍ਰੋਗਰਾਮ ਜਿਹੜੇ ਓਪਨ ਨੇ ਕੁਛ ਕਾਲਜਿਸ ਦੇ ਵਿੱਚ, ਉਹ ਵੀ 5.5 ਈਚ ਦੇ ਉੱਪਰ ਤੁਸੀਂ ਹਲੇ ਵੀ ਆਪਣੀ ਫਾਈਲ ਹੈ ਜਿਹੜੀ ਲਗਾ ਸਕਦੇ ਹੋ ਫਲਾਈ ਬਰੋਡ ਦੇ ਆਫਿਸ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਮੇਰੇ ਨੰਬਰ ਇੱਥੇ ਡਿਸਪਲੇ ਹੋਣਗੇ, ਤੁਸੀਂ ਉਹਦੇ 'ਤੇ ਨੰਬਰ ਚੈੱਕ ਕਰ ਲੈਣਾ। ਮੇਰਾ ਆਫਿਸ ਐਡਰੈਸ ਵੀ ਮੈਨਸ਼ਨ ਹੋਇਆ ਹੋਏਗਾ, ਅਤੇ ਮੇਰਾ ਬ੍ਰਾਂਚ ਆਫਿਸ ਦਾ ਵੀ ਐਡਰੈਸ ਹੈ ਜਿਹੜਾ ਉਹਦੇ 'ਤੇ ਮੈਨਸ਼ਨ ਹੋਏਗਾ। ਜੇ ਤੁਸੀਂ ਮੈਨੂੰ ਹੀ ਮਿਲਣਾ ਚਾਹੁੰਦੇ ਹੋ, ਯੂ ਆਰ ਮੋਸਟ ਵੈਲਕਮ, ਬਟ ਮੇਰੇ 'ਤੇ ਅਪੁਆਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ। ਅਦਰਵਾਈਜ਼ ਜਿਹੜਾ ਮੇਰਾ ਵੈਲ ਟ੍ਰੇਨਡ ਸਟਾਫ ਹੈਗਾ ਵਾ ਉਹ ਇੱਥੇ ਅਵੇਲੇਬਲ ਹੈਗਾ ਵਾ ਮੋਰਨਿੰਗ 9 ਟਿਲ ਈਵਨਿੰਗ 6, 9 ਤੋਂ ਲੈ ਕੇ 6 ਵਜੇ ਤੱਕ ਜਿਹੜਾ ਵਾ ਤੁਹਾਨੂੰ ਇੱਥੇ ਪ੍ਰੋਪਰ ਜਿਹੜਾ ਵਾ ਗਾਈਡ ਕਰੇਗਾ। ਮੇਰੀ ਐਬਸੈਂਸ ਦੇ ਵਿੱਚ ਮੇਰੇ ਸੀਨੀਅਰ ਕੌਂਸਲਰ ਕਮਲ ਮੈਮ ਨੇ ਉਹ ਤੁਹਾਨੂੰ ਬਹੁਤ ਅੱਛਾ ਗਾਈਡ ਕਰਨਗੇ, ਔਰ ਜਿਹੜਾ ਵਾ ਤੁਹਾਡਾ ਅੱਛੀ ਤਰੀਕੇ ਨਾਲ ਤੁਹਾਨੂੰ ਜਿਹੜਾ ਆਪਾਂ ਵੀਜ਼ਾ ਲੈ ਕੇ ਦੇਵਾਂਗੇ। ਅਤੇ ਬਸ ਕੈਨੇਡਾ ਨੂੰ ਲੈ ਕੇ, ਅਤੇ ਅੱਜ ਮੈਂ USA ਮਲਟੀਪਲ ਨੂੰ ਲੈ ਕੇ ਬਸ ਇਹ ਗੱਲਾਂ ਡਿਸਕਸ ਕਰਨੀਆਂ ਸੀ ਤੁਹਾਡੇ ਨਾਲ ਲਾਈਵ ਹੋ ਕੇ, ਅਤੇ ਮੈਂ ਤੁਹਾਨੂੰ ਸਾਰੀ ਡਿਟੇਲਸ ਹੁਣ ਦੱਸ ਚੁੱਕੀ ਹਾਂ। ਅਤੇ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਹੋਵੇ ਸਟੂਡੈਂਟ ਵੀਜ਼ਾ ਕੈਨੇਡਾ ਵਾਸਤੇ, ਭਾਵੇਂ ਉਹ 2014 ਪਾਸ ਆਊਟ ਹੈ, 2013 ਪਾਸ ਆਊਟ ਦੀ ਫਾਈਲ ਮੈਂ ਨਹੀਂ ਲਵਾਂਗੀ, 2014 ਪਾਸ ਆਊਟ ਬੱਚਾ ਜਿਹੜਾ ਵਾ ਉਹ ਐਲੀਜੀਬਲ ਹੈਗਾ ਵਾ, ਉਹ ਮੇਰੇ ਆਫਿਸ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੇ, ਭਾਵੇਂ ਉਹਦਾ 4 ਸਾਲ ਦਾ ਗੈਪ ਹੈਗਾ ਵਾ, ਮੈਂ 100% ਗਾਰੰਟਿਡ ਉਹਦਾ ਵੀਜ਼ਾ ਕਰਵਾ ਕੇ ਦੇਵਾਂਗੀ। ਸੋ ਥੈਂਕਸ ਅ ਲੋਟ ਵੰਸ ਅਗੇਨ ਆਲ ਆਫ ਯੂ।